ਵਾਜੇਕਾਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਕੀਤੀ ਜਾ ਰਹੀ ਹੈ, ਜਿਸ ਵਿੱਚ ਗਰਮ ਖਿਆਲੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ ਨੇ। ਇਸ ਮੌਕੇ ਸਰਬੱਤ ਖਾਲਸਾ ਦੇ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਇੱਕ ਪਾਵਨ ਸਰੂਪ ਦਾ ਹਿਸਾਬ ਦੇਣਾ ਪਵੇਗਾ, ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਸਿੱਖ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਸਾਰਾ ਸਿੱਖ ਪੰਥ ਭਾਈ ਥੱਲੇ ਕਰਿਓ ਮਾੜੀ ਜੀ ਉਸ ਤਾਂ ਚੁੱਕੀ ਗੱਲ ਦੇ ਉੱਤੇ ਪੈਰਾਂ ਗੁਰੂ ਗ੍ਰੰਥ ਸਾਹਿਬ ਦੀ ਬਿਦ ਵੀ ਭਾਵੇਂ ਪਰਗਾੜੀ ਹੋਵੇ ਅਤੇ ਭਾਵੇਂ 328 ਸਰੂਪਾਂ ਦੀ ਇੱਥੇ ਹੋਵੇ, ਬੜੀ ਸਪਸ਼ਟ ਜੀ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਮਾਨਦਾਰੀ ਦੇ ਨਾਲ ਇਸ ਰੂਪ ਇੱਕ ਇੱਕ ਦਾ ਹਿਸਾਬ ਕਿਤਾਬ ਦੇਣਾ ਪੈਂਦਾ, ਕਿੱਥੇ ਗਏ ਨੇ, ਕਿੱਥੇ ਪਏ ਨੇ, ਜਾਂ ਬੇਅਦਬੀ ਹੋਈ ਹੈ ਜਾਂ ਵੇਚੇ ਨੇ, ਇਹਦੇ ਵਿੱਚ ਸੰਗਤ ਦਾ ਕੋਈ ਕਸੂਰ ਨਹੀਂ ਗਾ। ਜਿਹੜੀ ਅੱਜ ਆਈ ਸੰਗਤ ਨੇ ਤਾਂ ਵੋਟਾਂ ਪਾ ਕੇ ਸੇਵਾ ਦਿੱਤੀ, ਇਹ ਸਾਂਭ ਸੰਭਾਲ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ। ਔਰ ਇਹ ਗੱਲ ਉੱਚੀ ਕਰੇ ਲੈ ਯਾਰ ਕੌਣ ਆ ਗੁਰਦੁਆਰਾ ਪ੍ਰਬੰਧਕ ਕਮੇਟੀ 328 ਅਤੇ ਫਿਰ ਅਸੀਂ ਅੱਜ ਪੁੱਛਦੇ ਹਾਂ, ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਛੇਤੀ ਛੇਤੀ ਹਿਸਾਬ ਕਿਤਾਬ ਦੇ ਦਿਓ, ਸਿੱਖ ਸੰਗਤਾਂ ਮੰਗਣੀ ਹੈ, ਖਾਲਸਾ ਪੰਥ ਇਹ ਬਰਦਾਸ਼ਤ ਨਹੀਂ ਕਰ ਸਕਦਾ। ਪਰ ਇਹਨਾਂ ਦੇ ਕੰਨ 'ਤੇ ਜੋ ਨਹੀਂ ਫਿਰਕੀ, ਕਦੇ ਜਥੇਦਾਰ ਕੋਲ ਫੈਸਲਾ, ਕਦੇ ਸ਼੍ਰੋਮਣੀ ਕਮੇਟੀ ਕੋਲ ਫੈਸਲਾ, ਕਦੇ ਤੁਸੀਂ ਡਾਂਗਾ ਚੁੱਕ ਲਈਆਂ, ਕਦੇ ਤੁਸੀਂ ਗੇਟ ਬੰਦ ਕਰ ਲਏ, ਇਹ ਕੋਈ ਤਰੀਕਾ ਠੀਕ ਨਹੀਂ ਗਾ। ਜਿਹੜਾ ਲੋਕਤੰਤਰ ਦਾ ਤੀਜਾ ਥੰਮ ਹੁੰਦੀ ਹੈ ਪ੍ਰੈਸ, ਉਹਨੂੰ ਵੀ ਤੁਸੀਂ ਨਹੀਂ ਬਖਸ਼ਦੇ, ਕੀ ਗੱਲ ਹੈ ਜੇ ਤੁਸੀਂ ਸੱਚੇ ਆ ਪ੍ਰੈਸ ਨੂੰ ਆਵਾਜ਼ ਮਾਰੋ ਕਿ ਆਓ ਤੁਸੀਂ ਦੇਖੋ ਕੌਣ ਸੱਚਾ ਕੌਣ ਝੂਠਾ, ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਰੋਲ ਕਰ ਰਹੇ ਨੇ ਉਹ ਝੂਠੇ ਨੇ ਜਾਂ ਝੂਠੇ। ਇਹ ਫੈਸਲਾ ਤਾਂ ਪ੍ਰੈਸ ਨੇ ਕਰਨਾ ਹੁੰਦਾ, ਪ੍ਰੈਸ ਦੀ ਗੱਲ ਪੂਰੀ ਦੁਨੀਆ ਕੋਲ ਜਾਂਦੀ, ਜਿਹੜੇ ਅੱਜ ਇੱਥੇ ਨਹੀਂ ਆ ਰਹੇ, ਜਿਹੜੇ ਅੱਜ ਇੱਥੇ ਹਾਜ਼ਰ ਨਹੀਂ ਡੇ ਟੂ ਡੇ ਵਿੱਚ ਬੈਠੇ ਦੇ ਸੰਗਤਾਂ, ਉਹਨਾਂ ਨੂੰ ਤਾਂ ਪ੍ਰੈਸ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਪਤਾ ਲੱਗਣਾ, ਪਰ ਇਹ ਕੀ ਤਰੀਕਾ ਹੈ। ਸੋ ਕੋਈ ਗੱਲ ਨਹੀਂ, ਸਾਰਾ ਪੰਥ ਅੱਜ ਇਕੱਠਾ ਹੋ ਰਿਹਾ ਹੈ ਅਤੇ ਕੋਈ ਪੰਥ ਦੇ ਹੱਕ ਵਿੱਚ ਕੌਮ ਦੇ ਹੱਕ ਵਿੱਚ ਜਿਹੜਾ ਫੈਸਲਾ ਲਵਾਂਗੇ ਉਸ ਫੈਸਲੇ ਦੇ ਮੁਤਾਬਕ ਪੰਥ ਦੇ ਸਾਹਮਣੇ ਕੌਮ ਦੇ ਸਾਹਮਣੇ, ਇਹ ਤਾਂ ਕੋਈ ਵੀ ਚੀਜ਼ ਨਹੀਂ ਹੈਗੇ ਜਿਹੜੇ ਅਹੁਦੇਦਾਰ ਨੇ, ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈਗਾ। ਜੇ ਸ਼੍ਰੋਮਣੀ ਕਮੇਟੀ ਨੇ ਸਜ਼ਾ ਦੇਣ ਦੀ ਵੀ ਗੱਲ ਕੀਤੀ ਤਾਂ ਛੋਟੇ ਮੁਲਾਜ਼ਮਾਂ ਨੂੰ ਲੱਗਿਆ, ਜ਼ਿੰਮੇਵਾਰ ਕੁਰਸੀਆਂ ਦੇ ਉੱਤੇ ਬੈਠੇ ਜਿਹੜੇ ਨੇ ਕੋਈ ਵੀ ਐਡੀ ਵੱਡੀ ਗੱਲ ਨਹੀਂ, ਪੰਥ ਨਾਲ ਕੁਛ ਨਹੀਂ ਵੱਡਾ ਹੁੰਦਾ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਪਿਆਰ ਦੇ ਨਾਲ ਆਓ ਸਾਰੇ, ਤੁਸੀਂ ਸਾਡੇ ਕੋਲ ਬੈਠੇ ਅਤੇ ਆ ਕੇ ਆਪਣੀ ਗਲਤੀ ਮੰਨੋ ਅਤੇ ਆ ਕੇ ਦੱਸੋ ਕਿ ਸਾਡੇ ਤੋਂ ਗਲਤੀ ਤੋਂ ਪੰਥ ਸਾਨੂੰ ਸਜ਼ਾ ਲਵੇ ਜਾਂ ਪੰਥ ਸਾਨੂੰ ਮਾਫ਼ ਕਰੇ, ਫਿਰ ਪੰਥ ਵੱਟੂਗਾ ਕੀ ਕਰਨਾ। ਸੋ ਇਸ ਕਰਕੇ ਅੱਜ ਅਸੀਂ ਆਏ ਹਾਂ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ, ਸਰਕਾਰ ਕਮੇਟੀਆਂ ਸੋ ਦੇਖਦੇ ਹਾਂ ਕੀ ਫੈਸਲਾ ਹੁੰਦਾ। ਤੁਸੀਂ ਮੰਨਦੇ ਸ਼੍ਰੋਮਣੀ ਕਮੇਟੀ? ਸ਼੍ਰੋਮਣੀ ਕਮੇਟੀ ਵਿੱਚ ਸਿਆਣੇ ਵੀ ਬੰਦੇ ਬਹੁਤ ਨੇ, ਐਂ ਨਹੀਂ ਕਿਹਾ ਜਾ ਸਕਦਾ, ਗੁਰੂ ਨੂੰ ਮੰਨਣ ਵਾਲੇ ਵੀ ਬਹੁਤ ਨੇ, ਗੁਰੂ ਦੇ ਘਰ ਭੈਣ ਵਾਲੇ ਵੀ ਬਹੁਤ ਨੇ, ਪਰ ਮੈਨੂੰ ਲੱਗਦਾ ਉਹਨਾਂ 'ਚ ਪੇਸ਼ ਨਹੀਂ ਜਾਂਦਾ।